ਉਹ ਦੋਸਤੋ ਆਹ ਕੀ ਚੀਜ਼ ਹੈ ਤੁਹਾਨੂੰ ਮੈਂ ਦਿਖਾਉਣਾ, ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਵੀ ਇਹ ਟਰੱਕ 'ਤੇ ਲੱਦੀ ਹੋਈ ਆ, ਤੁਹਾਨੂੰ ਮੈਂ ਟਰੱਕ ਦੀ ਲੰਬਾਈ ਦਿਖਾਉਣਾ। ਤੁਸੀਂ ਲੰਬਾਈ ਦੇਖ ਕੇ ਤੁਹਾਡੀਆਂ ਅੱਖਾਂ ਥੱਕ ਜਾਣਗੀਆਂ, ਪਰ ਇਹ ਟਰੱਕ ਦੀ ਲੰਬਾਈ ਇੰਨੀ ਜ਼ਿਆਦਾ ਆ। ਇੱਥੋਂ ਹੁਣ ਟਰੱਕ ਸ਼ੁਰੂ ਹੁੰਦਾ, ਤੁਸੀਂ ਦੇਖੀ ਚੱਲਿਓ ਵੀ ਕਿੰਨੇ ਇਹਦੇ ਟਾਇਰ ਟਰੱਕ ਦੇ, ਕਿੰਨਾ ਲੰਮਾ ਹੈ। ਜਿਹੜੀ ਇਹਦੇ ਉੱਪਰ ਚੀਜ਼ ਆ ਉਹਦਾ ਤੁਸੀਂ ਕਮੈਂਟ ਕਰਕੇ ਜਵਾਬ ਜ਼ਰੂਰ ਦੇਣਾ ਵੀ ਇਹ ਕੀ ਚੀਜ਼। ਬੜਾ ਤਕੜਾ ਜੁਗਾੜ ਆ, ਸਾਨੂੰ ਤਾਂ ਸਮਝ ਨਹੀਂ ਆ ਰਹੀ। ਹੁਣ ਪੁੱਛਿਆ ਸੀ ਵੀ ਕੀ ਚੀਜ਼, ਜੇ ਤੁਹਾਨੂੰ ਪਤਾ ਦੋਸਤੋ ਜ਼ਰੂਰ ਦੱਸਿਓ ਇਹਦੇ ਉੱਪਰ ਆ ਕੀ ਚੀਜ਼ ਲੱਭੀ ਆ। ਆ ਦੇਖੋ ਪੂਰਾ ਪੂਰੀ ਲਾਈਨ ਮੱਲੀ ਹੋਈ ਹੈ ਟਰੱਕ ਨੇ, ਦੇਖੋ ਕਿੱਡਾ ਪੱਤਾ ਜੁਗਾੜ। ਆ ਦੇਖੋ ਦੋਸਤੋ ਮੈਂ ਕਹਿੰਦਾ ਗੱਲਬਾਤ ਪੂਰੀ, ਕਹਿੰਦੇ 65 ਮੀਟਰ ਲੰਮੀ ਹੈ ਚੀਜ਼, ਅਤੇ ਜਿਹੜਾ ਵੀ ਦੱਸੂਗਾ ਜਵਾਬ ਸਹੀ ਦਊਗਾ। ਆ ਦੇਖੋ ਦੋਸਤੋ ਐਡਾ ਵੱਡਾ ਟਰੱਕ ਕਦੀ ਪਹਿਲਾਂ ਦੇਖਿਆ ਤੁਸੀਂ ਕਦੀ? ਜੇ ਦੇਖਿਆ ਤਾਂ ਜ਼ਰੂਰ ਦੱਸਿਓ। ਉੱਧਰ ਸੁੱਖੀ ਵੀ ਆ ਰਿਹਾ, ਇੱਧਰ ਦੇਖੋ ਤੁਸੀਂ ਕਿੰਨੀ ਲੰਮੀ ਲੰਮਾ ਟਰੱਕ ਹੈ ਦੋਸਤੋ। ਮੈਂ ਕਹਿੰਦਾ ਵੀ ਆਹ ਦੇਖੋ ਅੱਗੇ ਕੀ ਚੀਜ਼ ਹੈ, ਇੱਧਰ ਦੇਖੋ ਸੁੱਖੀ। ਇਹ ਕਹਿੰਦੇ ਪਵਨ ਚੰਕੀ ਦਾ 1 ਖੰਭ ਆ, 3 ਖੰਭ ਲੈ ਗਏ ਆ। ਆਹ ਦੇਖੋ ਤੁਸੀਂ 65 ਮੀਟਰ ਲੰਮਾ, 65 ਮੀਟਰ ਕਿੰਨਾ ਫੁੱਟ ਹੋ ਗਿਆ। ਆਹ ਦੇਖੋ ਦੋਸਤੋ ਮੈਂ ਕਹਿੰਦਾ ਵੀ ਐਡਾ ਤਕੜਾ ਜੁਗਾੜ ਪਹਿਲਾਂ ਕਦੇ ਤੁਸੀਂ ਦੇਖਿਆ? ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਪੂਰੀ ਗੱਲਬਾਤ, ਅਤੇ ਤੁਹਾਡੀ ਉੱਥੇ ਵੀ ਜਾ ਕੇ ਗੱਲ ਕਰਵਾਉਣੀ ਹੈ। ਦੇਖੋ ਤੁਸੀਂ ਕਿੱਡਾ ਵੱਡਾ ਜੁਗਾੜ ਹੋਏ ਸੁੱਖੀ, ਬੜਾ ਤਕੜਾ ਹੀ ਹੋਏ। ਆਹ ਦੇਖੋ ਆਪਣੇ ਮਾਂ ਦੇਖੋ ਤੁਸੀਂ ਸਵਾਦ ਆ ਗਿਆ, ਸਵਾਦ ਸੁੱਖੀ। ਆਹ ਕੀ ਚੀਜ਼ ਜੇ ਕਿਸੇ ਨੇ ਪਹਿਲਾਂ ਦੇਖੀ ਆ ਤਾਂ ਜ਼ਰੂਰ ਦੱਸਿਓ, ਮੈਂ ਤੁਹਾਡੀ ਗੱਲਬਾਤ ਕਰਵਾਉਣਾ। ਇਹ ਕਿੰਨੇ ਚਿਰ 'ਚ ਕਿੱਥੇ ਜਾ ਰਿਹਾ, ਕੀ ਸਮਾਨ ਆ, ਤੁਹਾਡੀ ਗੱਲ ਕਰਵਾਉਣਾ ਮੈਂ ਭਾਈ ਸਾਹਿਬ ਨਾਲ। ਆਹ ਭਾਈ ਸਾਹਿਬ ਬੈਠੇ ਆ, ਜੇ ਕਿਆ ਚੀਜ਼ ਹੈ ਭਾਈ ਸਾਹਿਬ, ਕਿਆ ਇਤਨਾ ਬੜਾ ਕਿਆ ਚੀਜ਼ ਹੈ ਜੀ? ਪਵਨ ਚੱਕੀ। ਪਵਨ ਚੱਕੀ ਕਹਾਂ ਪਰ ਜਾ ਰਿਹਾ ਜੀ? ਯੇ ਜੰਪੀ ਜਾਏਗਾ ਰਤਨਾ। ਔਰ ਇਸਕਾ ਕਿਆ ਕਾਮ ਹੋਤਾ ਹੈ? ਲਾਈਟ ਬਣਾਤੀ ਹੈ ਜੀ। ਲਾਈਟ ਵਾਲਾ ਹੈ ਨਾ, ਪਵਨ ਚੱਕੀ ਘੁੰਮੇਗੀ ਤੋ ਲਾਈਟ ਬਣੇਗੀ। ਕਿਤਨੇ ਫੁੱਟ ਹਾਈਟ ਪਰ ਜੇ ਹੋਤਾ ਹੈ, ਕਿਤਨਾ ਫੁੱਟ? ਯੇ ਹੋਤਾ ਕਰੀਬ 400 ਫੁੱਟ। 400 ਫੁੱਟ ਹਾਈਟ ਪਰ ਲੱਗੇਗਾ। ਔਰ ਜੇ ਇੱਕ ਕਿਤਨੀ ਲਾਈਟ ਬਣਾ ਦਿੱਤਾ ਇੱਕ? ਯੇ ਮਾਲੂਮ ਨਹੀਂ, ਇਸਕੋ ਪਤਾ ਕਰਨਾ ਪੜੇਗਾ। ਇਸਕੇ ਕਿਤਨੇ ਪੰਖ ਹੈ, ਬਾਕੀ ਪੰਖ ਕਹਾਂ ਹੈ? ਬਾਕੀ ਸਭ ਜਾ ਚੁੱਕੇ ਹੈ। ਜਾ ਚੁੱਕੇ ਹੈ। ਸੋ ਦੋਸਤੋ ਆ ਰੋਟੀ ਖਾਣਾ, ਇਹ ਕਿੰਨੇ ਦਿਨਾਂ 'ਚ ਵਹਾਂ ਪਹੁੰਚੂਗਾ? ਯੇ ਕੱਲ ਪਹੁੰਚ ਜਾਏਗਾ। ਕਹਾਂ ਸੇ ਆਇਆ ਜੀ? ਯੇ ਆਇਆ ਗੁਜਰਾਤ ਹਰੋਲ ਸੇ। ਗੁਜਰਾਤ ਸੇ ਆਇਆ, ਕਹਾਂ ਜਾ ਰਿਹਾ? ਯੇ ਯੰਪੀ ਰਤਨਾਮ। ਰਤਨਾਮ ਮੈਂ ਜਾ ਰਿਹਾ ਦੋਸਤੋ। ਆਹ ਖਾਣਾ ਖੁਣਾ ਰੋਟੀ ਰਾਟੀ ਲੈ ਕੇ ਨਾਲ ਹੀ ਤੁਰੇ ਹੋਏ ਕਿਸਾਨ ਦੋਸਤੋ। ਦੇਖੋ ਤੁਸੀਂ ਬਹੁਤ ਵੱਡਾ ਚੀਜ਼,